ਮੈਂ ਸਰਵਣ ਸਿੰਘ ਪੰਧੇਰ ਦੋਵਾਂ ਮੋਰਚਿਆਂ ਵੱਲੋਂ ਜਿਹੜਾ ਕੱਲ੍ਹ ਦਾ ਸ਼ੰਭੂ ਬਾਰਡਰ 'ਤੇ ਜਿਹੜੀਆਂ ਸਹੂਲਤਾਂ ਵਾਸਤੇ ਗਗਨ ਚੌਂਕ ਜਾਮ ਕਰਨਾ ਸੀਗਾ, ਕਾਫੀ ਕੁਝ ਕੰਮ ਤਾਂ ਪ੍ਰਸ਼ਾਸਨ ਨੇ ਕਰਤਾ ਸੀਗਾ, ਪਰ ਬਿਜਲੀ ਵਾਲੇ ਮਸਲੇ 'ਤੇ ਪੰਜਾਬ ਸਰਕਾਰ ਦੀ ਟਸਲ ਹੈਗੀ ਆ। ਜਿਹੜੀ ਸਰਕਾਰ ਇਹ ਦਾਅਵਾ ਕਰਦੀ ਵੀ ਅਸੀਂ ਕਿਸਾਨਾਂ ਦੇ ਸਮਰਥਕ ਹਾਂ, ਪਿਛਲੇ 7 ਮਹੀਨਿਆਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਚੱਜ ਨਾਲ ਬਿਜਲੀ ਮੁਹੱਈਆ ਨਹੀਂ ਹੋਈ, ਇੰਨੀ ਗਰਮੀ ਲੰਘ ਕੇ ਗਈ ਆ। ਤੁਸੀਂ ਵੇਖੋ ਕਿਤੇ CM ਨੇ ਜਾਣਾ ਹੋਵੇ ਤਾਂ ਰਾਤੋਂ ਰਾਤ ਟਰਾਂਸਫਾਰਮ ਲੱਗ ਜਾਂਦੇ ਆ। ਸਾਡੇ ਨਾਲ ਪਤਾ ਨਹੀਂ ਵੀ ਕੀ ਅਸੀਂ ਅਵੱਗਿਆ ਕੀਤੀ ਆ, ਉਹ ਲੀਗਲ ਪ੍ਰੋਸੈਸ ਦੇ ਵਿੱਚ ਬਿਜਲੀ ਦਾ ਕੰਮ ਕਿਉਂ ਨਹੀਂ ਆ ਰਿਹਾ, ਜਾਂ ਕੇਂਦਰ ਦਾ ਕੀ ਡਰ ਸਤਾ ਰਿਹਾ ਹੈਗਾ ਭਰਾਓ। ਫਿਰ ਪ੍ਰਸ਼ਾਸਨ ਨੇ ਸਮਾਂ ਮੰਗਿਆ ਹੈਗਾ ਅਤੇ ਆਪਾਂ ਸਮਾਂ ਦੇ ਦਿੱਤਾ ਹੈਗਾ, ਇਹ ਧਰਨਾ ਕੁਛ ਦਿਨਾਂ ਲਈ ਪੋਸਟਪੋਨ ਕਰ ਦਿੱਤਾ ਹੈਗਾ। ਇਹ ਧਰਨਾ ਪੋਸਟਪੋਨ ਕਿਉਂ ਕੀਤਾ ਵੀ ਸਾਡਾ ਮਕਸਦ ਨਹੀਂ ਹੈਗਾ ਵੀ ਗਗਨ ਚੌਂਕ ਜਾਮ ਹੋਵੇ, ਲੋਕਾਂ ਨੂੰ ਖੱਜਲ ਖਰਾਬੀ ਆਵੇ, ਠੀਕ ਆ ਜੀ। ਇਹ ਲਗਭਗ 3 ਵਾਰ ਅਸੀਂ ਸਮਾਂ ਦਿੱਤਾ, ਅਸੀਂ ਤਾਂ ਲੋਕਾਂ ਨੂੰ ਦੱਸ ਰਹੇ ਹਾਂ ਵੀ ਸਾਡੀ ਪੋਜੀਸ਼ਨ ਦੇਖੋ। ਅਸੀਂ 3-3 ਵਾਰੀ ਟਾਈਮ ਦੇ ਰਹੇ, ਅਸੀਂ ਮੀਡੀਆ ਨੂੰ ਅਪੀਲ ਕਰਦੇ ਗੱਲ ਪਹੁੰਚਾਈ ਜਾਵੇ ਲੋਕਾਂ ਤੱਕ। ਜੇਕਰ ਸਰਕਾਰ ਹੁਣ ਵੀ ਵਾਅਦਾ ਕਰਕੇ ਵਾਅਦੇ ਤੋਂ ਭੱਜੀ, ਜਿਹੜਾ ਉਹਨਾਂ ਨੂੰ ਲੱਗਦਾ ਵੀ ਕਿਤੇ ਕੰਮ 'ਚ ਗਾਂਹ ਪੈ ਜਾਣਗੇ ਫਿਰ ਕੰਮ ਨਹੀਂ ਹੋਣਾ, ਅਸੀਂ ਦੋਹਰੇ ਇਹ ਮੰਗ 'ਤੇ ਆਵਾਂਗੇ। ਜਿਹੜਾ ਪ੍ਰਸ਼ਾਸਨ ਨੇ ਵਾਅਦਾ ਕੀਤਾ ਵੀ ਬਿਜਲੀ ਵਾਲਾ ਕੰਮ ਵੀ ਜਲਦੀ ਅਸੀਂ ਨਿਪਟਾ ਦੇਵਾਂਗੇ, ਨਹੀਂ ਤਾਂ ਅਗਲੀ ਵਾਰੀ ਮੋਰਚਾ ਜ਼ਰੂਰ ਲੱਗੂਗਾ। ਇਸ ਕਰਕੇ ਅਸੀਂ ਲੋਕਾਂ ਦੀ ਖੱਜਲ ਖਰਾਬੀ ਕਰਕੇ ਇਹ ਮੋਰਚਾ ਪੋਸਟਪੋਨ ਕਰ ਰਹੇ ਹਾਂ। ਇਹ ਹੁਣ ਕੱਲ੍ਹ ਮੋਰਚਾ ਜਿਹੜਾ ਲੱਗਣਾ ਸੀ ਰਾਜਪੁਰੇ ਗਗਨ ਚੌਂਕ 'ਚ, ਉਹ ਨਹੀਂ ਲੱਗੂਗਾ। ਉਹਦੇ ਵਾਸਤੇ ਸਰਕਾਰ ਨੂੰ ਕੁਝ ਦਿਨ ਦਾ ਟਾਈਮ ਦੇ ਦਿੱਤਾ ਗਿਆ ਵਾ। ਧੰਨਵਾਦ।